ਅਬ ਮੈਂ ਆਪਣੀ ਕਥਾ ਬਖਾਨੋ, ਮੈਂ ਆਪਣੇ ਜੀਵਨ ਦੀ ਕਥਾ ਆਪ ਬਖਿਆਨ ਕਰਦਾ। ਤਪ ਸਾਧਤ ਦੇਹ ਵਿਧ ਮੋਹਿਆ, ਜਿਵੇਂ ਅਸੀਂ ਤਪ ਸਾਧਨਾ ਕਰਦੇ ਰਹੇ। ਹੇਮਕੁੰਟ ਪਰਬਤ ਹੈ ਜਹਾਂ, ਹੇਮ ਕਹਿੰਦੇ ਨੇ ਬਰਫ ਨੂੰ, ਕੁੰਟ ਘਰ ਨੂੰ, ਜਿੱਥੇ ਬਰਫ ਦਾ ਘਰ ਹੈ, ਜਿੱਥੇ 12 ਮਹੀਨੇ ਬਰਫ ਜੰਮੀ ਰਹਿੰਦੀ ਹੈ। ਜਿਨ੍ਹਾਂ ਨੇ ਆਪਣੇ ਚ ਦਰਸ਼ਨ ਕੀਤੇ ਆ ਉਸ ਸਥਾਨ ਦੇ, ਉੱਥੇ 12 ਮਹੀਨੇ ਬਰਫ ਜੰਮੀ ਰਹਿੰਦੀ ਹੈ। ਉਹ ਬਰਫ ਦੇ ਘਰ ਵਿੱਚ ਜਿੱਥੇ ਕੋਈ ਥੋੜਾ ਚਿਰ ਵੀ ਨਹੀਂ ਰਹਿ ਸਕਦਾ। ਹੇਮਕੁੰਟ ਪਰਬਤ ਹੈ ਜਹਾਂ, ਫੇਰ ਨਿਸ਼ਾਨੀਆਂ ਦੱਸਦੇ ਨੇ, ਸਪਤ ਸ੍ਰਿੰਗ ਸੋਭਤ ਹੈ ਤਹਾਂ, ਜਿੱਥੇ 7 ਚੋਟੀਆਂ ਵਾਲਾ ਪਰਬਤ ਹੈ ਉਹਦੇ ਆਲੇ ਦੁਆਲੇ। ਉਹ 7 ਚੋਟੀਆਂ ਤੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਜਿਹੜੀਆਂ ਨਿਸ਼ਾਨੀਆਂ ਦੱਸੀਆਂ ਨਾ ਗੁਰੂ ਮਹਾਰਾਜ। ਸਬਤ ਸ੍ਰਿੰਗ ਸੋਭਤ ਹੈ ਤਹਾਂ, ਸਬਤ ਸ੍ਰਿੰਗ ਦੇ ਨਾਮ ਕਹਾਵਾ, ਪੰਡ ਰਾਜ ਜੇ ਜੋ ਕਮਾਵਾ। ਤੈ ਹਮ ਅਧਿਕ ਤਪੱਸਿਆ ਸਾਧੀ, ਇੱਥੇ ਬੈਠ ਕੇ ਅਸੀਂ ਬੜਾ ਲੰਮਾ ਸਮਾਂ ਤਪ ਸਾਧਨਾ ਕੀਤੀ। ਕਾਹਦੀ ਤਪੱਸਿਆ ਕੀਤੀ ਹੈ? ਮਹਾਕਾਲ, ਜਿਹੜੇ ਲੋਕੀ ਭੁਲੇਖਾ ਜਿਹਾ ਪਾਉਂਦੇ ਨੇ, ਕਾਲਕਾਂ ਦੀ ਆਰਾਧਨਾ ਕੀਤੀ ਹੈ। ਪਹਿਲੇ ਮਹਾਕਾਲ ਕਹਿਤਾ ਮਹਾਰਾਜ, ਉਹਨੇ ਪਤਾ ਨੀ ਕਿੰਨੀਆਂ ਕੁ ਕਾਲਕਾਂ ਪੈਦਾ ਕੀਤੀਆਂ ਹੋਣਗੀਆਂ ਮਹਾਕਾਲ ਨੇ। ਪਰ ਇਹ ਉਚਾਰਨ ਹੈ, ਜਦੋਂ ਆਪਾਂ ਉਚਾਰਦੇ ਹਾਂ ਨਾ, ਤਾਂ ਉੱਥੇ ਫਿਰ ਮਹਾਰਾਜ ਕਹਿੰਦੇ ਨੇ ਮਹਾਕਾਲ ਕਾਲਕਾ, ਕਾਲ ਦਾ ਕਾਰਨ ਮਹਾਕਾਲ ਹੈ ਜਿਹੜਾ, ਕਾਲ ਦਾ ਕਾਰਨ ਕਾਲਕਾ, ਕਾਲਕਾ ਨਹੀਂ ਕਾਲਕਾ। ਬਸ ਆਪ ਬਾਣੀ ਪੜ੍ਹਨ ਵਿੱਚ ਤੇ ਕਿਸੇ ਤੋਂ ਪੜ੍ਹਨ ਵਿੱਚ ਇੰਨਾ ਹੀ ਫਰਕ ਹੈ ਬਸ। ਜਿਹੜੇ ਪੜ੍ਹਦੇ ਨੇ ਚੰਗੇ ਨੇ ਨਾ ਪੜ੍ਹਨ ਵਾਲੇ ਨਾਲੋਂ ਤਾਂ, ਪਰ ਜਦੋਂ ਕਿਸੇ ਤੋਂ ਪੜ੍ਹਨਗੇ ਕਿਸੇ ਗੁਰਮੁਖ, ਫੇਰ ਪਤਾ ਲੱਗੇਗਾ ਕਿ ਕਿੰਨਾ ਫਰਕ ਹੈ। ਤੁਹਾਡੇ ਘਰੇ ਛੋਟੇ ਛੋਟੇ ਬੱਚੇ ਨੇ, ਕੋਈ 3 ਸਾਲ ਦਾ ਹੁੰਦਾ, ਕੋਈ 4 ਸਾਲ ਦਾ ਹੁੰਦਾ, ਤੁਸੀਂ ਉਹਦੇ ਬੈਗ ਮੋਢਿਆਂ ਚ ਪਾ ਕੇ ਉਹਨੂੰ ਪੜ੍ਹਨ ਭੇਜਦੇ ਨੇ, ਘਰੇ ਪੜ੍ਹਾ ਦਿਆ ਕਰੋ। ਕੋਈ ਮਾਂ ਪਿਓ BA ਪੜ੍ਹਿਆ, ਕੋਈ +2 ਪੜ੍ਹਿਆ ਹੋਇਆ, ਤੇ ਆਪਣੇ ਬੱਚੇ ਨੂੰ ਸਕੂਲੇ ਭੇਜ ਰਹੇ ਹੋ ਤੁਸੀਂ, 5ਵੀਂ 7ਵੀਂ ਤੱਕ ਘਰੇ ਪੜ੍ਹਾ ਦਿਆ ਕਰੋ, ਫਿਰ ਸਕੂਲੇ ਭੇਜ ਦਿਓ ਜਦ ਵੱਡਾ ਹੋ ਜਾ। ਘਰੇ ਕਿਉਂ ਨੀ ਪੜ੍ਹਾਉਂਦੇ? ਤੁਹਾਨੂੰ ਪਤਾ ਜਿੰਨਾ ਚਿਰ ਸਕੂਲ ਚ ਨੀ ਜਾਂਦਾ ਇਹਦੀ ਪੜ੍ਹਾਈ ਕਿਸੇ ਲੇਖੇ ਚ ਨੀ ਪੈਣੀ।
ਜੇ ਦੁਨਿਆਵੀ ਵਿਦਿਆ ਆਪਣੇ ਆਪ ਨਹੀਂ ਨਾ ਪੜ ਸਕਦਾ, ਇਹ ਬ੍ਰਹਮ ਵਿਦਿਆ ਵੀ ਆਪਣੇ ਆਪ ਨਹੀਂ ਪੜ ਸਕਦਾ, ਇਹ ਵੀ ਕਿਸੇ ਤੋਂ ਪੜ੍ਹਨੀ ਪੈਂਦੀ ਹੈ। ਸਿੱਖੋ ਸੁਣੋ ਸੀਖੇ ਮੇਰੀ ਬਾਣੀ ਸ਼ੁੱਧ ਪੜੋ ਗੁਰੂ ਕੇਰੀ। ਜਿਹਨੇ ਦੁਨੀਆ ਦੀ LLB PhD MPhil ਕੀਤੀ ਹੋਈ ਹੈ ਉਹ ਜਪਜੀ ਸਾਹਿਬ ਦਾ ਪਾਠ ਸ਼ੁੱਧ ਨਹੀਂ ਕਰ ਸਕਦਾ ਜਿੰਨਾ ਚਿਰ ਉਹ ਪੜ੍ਹਦਾ ਨਹੀਂ ਕਿਸੇ ਦੇ ਕੋਲ। ਇਹ ਕਲਗੀਧਰ ਪਾਤਸ਼ਾਹ ਤੋਂ ਸਿਆਣੇ ਨਹੀਂ ਜੰਮੇ ਅੱਜ ਕੱਲ੍ਹ ਜਿਹੜੇ 3-4 ਕਿਤਾਬਾਂ ਪੜ੍ਹ ਕੇ ਉਹਨਾਂ ਦਾ ਕੋਰਸ ਖਤਮ ਹੋ ਜਾਂਦਾ। ਇਹ ਤਾਂ ਕਈ ਜਨਮ ਪੜ੍ਹਦਾ ਰਹੇ, ਕੋਰਸ ਮੁੱਕਦਾ ਹੀ ਨਹੀਂ ਕਦੇ, ਕਈ ਜਨਮ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾਂ 2 ਟਕਸਾਲਾਂ ਬਣਾਈਆਂ, ਦਮਦਮੀ ਟਕਸਾਲ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਸੇਵਾ, ਤੇ ਅੰਮ੍ਰਿਤਸਰ ਵਾਲੀ ਟਕਸਾਲ ਦੀ ਸੇਵਾ ਭਾਈ ਮਨੀ ਸਿੰਘ ਜੀ ਨੂੰ। 2 ਟਕਸਾਲਾਂ ਬਣਾਈਆਂ ਸੀ। ਇਸ ਕਰਕੇ ਕੋਈ ਮਾਈ ਭਾਈ ਨੇ ਸੰਥਿਆ ਕਰਾਈ ਉਹਦੇ ਤੋਂ ਕਰਾ ਕੇ ਫਿਰ ਪੜੋ, ਪਾਠ ਪਤਾ ਲੱਗੇਗਾ। ਜਾਂ ਬਾਬਾ ਗ੍ਰੰਥੀ ਜੀ ਤੋਂ ਸੰਥਿਆ ਕਰਾ ਲਓ। ਜੇ ਬਾਬਾ ਜਾਂ ਗ੍ਰੰਥੀ ਜੀ ਨੇ ਆਪ ਕਰਾਈ ਹੋਈ ਤਾਂ ਥੋੜੇ ਨੇ ਜਿਨ੍ਹਾਂ ਨੇ ਸੰਥਿਆ ਕਰਾਈ ਹੁੰਦੀ ਹੈ, ਕਿਉਂਕਿ ਕਿਹੜਾ ਕਿਸੇ ਨੇ ਟੈਸਟ ਲੈਣਾ ਹੁੰਦਾ ਜਾਂ ਕਿਸੇ ਨੇ ਸੁਣਨਾ ਹੁੰਦਾ। ਜਦੋਂ ਸੰਥਿਆ ਕਰਾਉਂਦਾ ਨੂੰ ਘੱਟ ਤੋਂ ਘੱਟ 3.5 ਸਾਲ ਲੱਗ ਜਾਂਦੇ ਇੱਕ ਵਾਰੀ ਸੰਥਿਆ ਕਰਾਉਂਦੇ। ਜਿਹੜੇ ਪੜ੍ਹਦੇ ਨਾ ਉਸਤਾਦ ਕੋਲੋਂ 3.5 ਸਾਲ ਫਿਰ ਇੱਕ ਸੰਥਿਆ ਹੁੰਦੀ। ਪਰ ਜਿੰਨਾ ਚਿਰ 2 ਸੰਥਿਆ ਨਹੀਂ ਨਾ ਕਰਾਉਂਦਾ, ਵੈਸੇ ਤਾਂ ਕਈ ਸਿੰਘ ਸੰਥਿਆ ਕਰਾਉਂਦੇ ਨੇ, ਫਿਰ ਉਹਨੂੰ ਪਤਾ ਲੱਗਦਾ ਵੀ ਪਾਠ ਉਚਾਰਨ ਕਿਵੇਂ ਹੁੰਦਾ। ਜੇ ਸਮਝ ਲੈਣਾ ਤਾਂ ਬੜੀ ਦੂਰ ਦੀ ਗੱਲ ਹੈ, ਬਾਣੀ ਦਾ ਉਚਾਰਨ ਹੀ ਨਹੀਂ ਆਉਂਦਾ। ਇਸ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਸੀ ਮਹਾਂਕਾਲ, ਕਾਲ ਕਾ ਕਾਲ ਦਾ ਕਾਰਨ ਜਿਹੜਾ ਮਹਾਂਕਾਲ ਹੈ, ਇਹ ਜਿਹੜਾ ਟਾਈਮ ਹੈ ਸਮਾਂ ਜਿਹਨੂੰ ਕਹਿੰਦੇ ਆਪਾਂ, ਕਿਹਦੇ ਹੁਕਮ ਚੱਲ ਰਿਹਾ। ਕਾਲ ਪਾਏ ਬ੍ਰਹਮਾ ਬਬ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇੱਕ ਸੰਸਾਰ ਨੂੰ ਬਣਾਉਂਦਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਰੋਜੀ ਦਿੰਦਾ, ਇੱਕ ਲਾਏ ਦੀ ਬਾਣ, ਇੱਕ ਨੂੰ ਲਾਏ ਕਰਨ ਦੀ ਬਾਣ ਹੈ, ਦੀਬਾਨੀ ਦੀ ਬਾਣ। ਉਹਨੂੰ ਆਦਤ ਹੈ, ਉਹ ਲੈ ਕਰਦਾ। ਆਪਾਂ ਕਹਿੰਦੇ ਤੈਨੂੰ ਆ ਜਿਹੜੀ ਬਾਣ ਪੈ ਗਈ ਨੇ ਬੜੀ ਮਾੜੀ ਹੈ, ਆਦਤ ਨੂੰ ਕਹਿੰਦੇ ਨੇ। ਇੱਕ ਲੈ ਕਰਦਾ, ਉਹਨੂੰ ਦੀ ਬਾਣ ਹੈ, ਉਹਨੂੰ ਆਦਤ ਹੈ, ਉਹ ਸੰਸਾਰ ਨੂੰ ਖਤਮ ਕਰਦਾ। ਭਾਰਤ ਦੇਸ਼ ਵਿੱਚ ਸਭ ਤੋਂ ਮੰਦਰ ਕਿੰਨਾ ਦੇ ਨੇ? ਬ੍ਰਹਮਾ ਦੇ ਜ਼ਿਆਦੇ ਹੈ, ਵਿਸ਼ਨੂੰ ਦੇ ਜ਼ਿਆਦੇ ਹੈ, ਸ਼ਿਵਜੀ ਭਗਵਾਨ ਦੇ ਮੰਦਰ ਜ਼ਿਆਦੇ ਨੇ। ਲੋਕੀ ਡਰਦੇ, ਭਗਤੀ ਕਰਦੇ ਨੇ, ਕਿਤੇ ਮੇਰਾ ਨੰਬਰ ਨਾ ਲਾ ਦੇਵੇ। ਭਗਤੀ ਪੈਦਾ ਡਰ ਤੋਂ ਹੁੰਦੀ ਹੈ, ਫਿਰ ਪ੍ਰੇਮ ਚ ਬਦਲ ਜਾਂਦੀ ਹੈ। ਭਗਤੀ ਡਰ ਤੋਂ ਪੈਦਾ ਹੁੰਦੀ ਹੈ,
ਜੰਮਾਂ ਦਾ ਡਰ, ਨਰਕਾਂ ਦਾ ਡਰ, 84 ਦਾ ਡਰ, ਜੰਮਣ ਮਰਨ ਦਾ ਡਰ, ਪਤਾ ਨੀ ਕਿੰਨੇ ਹੋਰ ਕਿੰਨੇ ਕੁ ਡਰ ਨੇ। ਪਹਿਲਾਂ ਡਰ ਤੋਂ ਭਗਤੀ ਸ਼ੁਰੂ ਹੁੰਦੀ ਹੈ ਤੇ ਪ੍ਰੇਮ ਚ ਫਿਰ ਬਦਲ ਜਾਂਦੀ। ਸਾਧ ਸੰਗਤ ਬਿਨ ਭਉ ਨਹੀਂ ਉਪਜੈ, ਭੈ ਬਿਨ ਭਗਤ ਨਾ ਹੋਵੇ ਤੇਰੀ।